ਵੀ ਇੱਕ ਵੀਡੀਓ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਟੋਡਰਮਲ ਦੀ ਹਵੇਲੀ ਦੇ ਹਾਲਾਤ ਦੇਖ ਗੁੱਸੇ ਚ ਹੋਇਆ ਇੱਕ ਗੁਰੂ ਦਾ ਸਿੰਘ ਜੀ ਤੁਹਾਨੂੰ ਇਹ ਲੱਗਦਾ ਵੀ ਟੋਡਰਮਲ ਜੈਨ ਜਿਹੜੇ ਨੇ ਉਹ Hindu ਧਰਮ ਨੂੰ ਬਿਲੋਂਗ ਕਰਦੇ ਨੇ ਤੇ ਇਸ ਕਰਕੇ ਉਹ ਹਵੇਲੀ ਦੀ ਜਿਹੜੀ ਹੈ ਮੈਂ ਕਹਿੰਦਾ ਵੀ ਕਿਤੇ ਨਾ ਕਿਤੇ ਜਿੱਥੇ ਕਿਤੇ ਵੀ ਕਿਸੇ ਦੀ ਸੋਚ ਇਹ ਜੀ ਆ ਉਹ ਫਿਰ ਗੁਰੂਆਂ ਦਾ ਸਤਕਾਰ ਕਰਨ ਵਾਲੀ ਸੋਚ ਨਹੀਂ ਘੱਟੋ ਘੱਟ 5 ਕਰੋੜ ਰੁਪਏ ਨਾਲ ਦੀਵਾਨ ਟੋਡਰਮਲ ਦੀ ਹਵੇਲੀ ਜਿਹਨੂੰ ਸ਼ੀਸ਼ੇ ਚ ਜੜਾਇਆ ਜਾਵੇ ਜੋ ਉਮਾਰ ਤਵਜੀਰਤਾ ਆਇਆ ਨਾ ਜਾਵੇ ਜੀ ਉਥੇ ਇਤਿਹਾਸ ਲਿਖਿਆ ਜਾਵੇ ਉਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ ਉਥੇ ਜਿਸ ਤਰ੍ਹਾਂ ਵੀ ਠੀਕ ਸਮਝਣ ਸਰਕਾਰਾਂ ਇਹ ਕਿੰਨੇ ਸਾਲ ਹੋ ਗਏ ਦੇਖਦੇ ਇਹਨੂੰ ਕੋਈ ਫਰਕ ਨਹੀਂ ਕੀ ਵਾਰ ਸ਼੍ਰੋਮਣੀ ਕਮੇਟੀ ਕਹਿੰਦੀ ਆ ਵੀ ਬਜਟ ਜਿਹੜਾ ਵਾ ਬਹੁਤ ਬਾਹਰ ਨਿਕਲ ਜਾਂਦਾ ਨਹੀਂ ਬਜਟ ਦੀਵਾਨ ਟੋਡਰਮਲ ਦੀ ਬਿਲਡਿੰਗ ਨੂੰ ਸਾਂਭਣ ਲਈ ਸਾਡੇ ਕੋਲੇ ਬਜਟ ਨਾ ਹੋਵੇ ਤਾਂ ਫਿਰ ਇਹਦੂ ਮਾੜੀ ਗੱਲ ਕੀ ਹੋ ਸਕਦੀ ਹੈ ਦੀਵਾਨ ਟੋਡਰਮਲ ਦੀ ਉਹਦਾ ਬੜਾ ਵੱਡਾ ਇਤਿਹਾਸ ਹੈ ਗੁਰੂ ਸਾਹਿਬ ਦਾ ਪਹਿਲੇ ਜਨਮ ਦਾ ਮਲਾਪ ਕਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਤੇ ਤੇ ਤੋਂ ਸੇਵਾ ਲਵਾਂਗੇ ਇਸ ਤਰ੍ਹਾਂ ਦਾ ਜੋ ਉਹ ਆਉਂਦਾ ਤੇ ਕਿਸ ਤਰ੍ਹਾਂ ਸੇਵਾ ਲਈ ਹੈ ਗੁਰੂਆਂ ਨੇ ਕਿਸ ਤਰ੍ਹਾਂ ਪਰਿਵਾਰ ਨੇ ਤੁਸੀਂ ਇਹ ਸਹੇ ਨੇ ਯਾਰ ਅਸੀਂ ਸਾਰਾ ਕੁਝ ਹੀ ਭੁੱਲ ਗਏ ਮੈਨੂੰ ਸੇਵਾ ਦੀ ਡਿਊਟੀ ਦੇ ਦੇਣ ਮੈਂ ਸੇਵਾ ਕਰਕੇ ਉਹਨੂੰ ਸ਼ੀਸ਼ੇ ਜੜਾਉਂਗਾ ਮੈਨੂੰ ਇਨਾ ਆਪਣੇ ਗੁਰੂ ਤੇ ਵਿਸ਼ਵਾਸ ਹੈ ਕਿ ਅਸੀਂ ਉਸ ਨੂੰ ਸਿਰੇ ਲਾਵਾਂਗੇ ਸਤਿ ਸ੍ਰੀ ਅਕਾਲ ਦੋਸਤੋ ਰੱਬੋ ਟੀਵੀ ਉੱਤੇ ਮੈਂ ਮਨਜੋਤ ਮਾਜਰਾ ਤੁਹਾਡਾ ਸਵਾਗਤ ਕਰਦਾ ਆ ਮੇਰੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਫਾਊਂਡੇਸ਼ਨ ਦੇ ਸਰਪ੍ਰਸਤ ਸ਼੍ਰੀ ਕ੍ਰਿਸ਼ਨ ਕੁਮਾਰ ਬਾਬਾ ਜੀ ਬੈਠੇ ਨੇ ਅੱਜ 2-3 ਸਵਾਲ ਸੀਗੇ ਮਨ ਦੇ ਵਿੱਚ ਇੱਕ ਤਾਂ ਇਤਿਹਾਸ ਨੂੰ ਲੈ ਕੇ ਤੇ ਉਸ ਤੋਂ ਬਾਅਦ ਦੀਵਾਨ ਟੋਡਰਮਲ ਜੀ ਦੀ ਹਵੇਲੀ ਜਿਹਦੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਵੀ ਇੱਕ ਵੀਡੀਓ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਟੋਡਰਮਲ ਦੀ ਹਵੇਲੀ ਦੇ ਹਾਲਾਤ ਦੇਖ ਗੁੱਸੇ 'ਚ ਹੋਇਆ ਇੱਕ ਗੁਰੂ ਦਾ ਸਿੰਘ ਜੀ ਤੁਹਾਨੂੰ ਇਹ ਲੱਗਦਾ ਵੀ ਟੋਡਰਮਲ ਜੈਨ ਜਿਹੜੇ ਨੇ ਉਹ ਹਿੰਦੂ ਧਰਮ ਨੂੰ ਬਿਲੋਂਗ ਕਰਦੇ ਨੇ ਤੇ ਇਸ ਕਰਕੇ ਉਹ ਹਵੇਲੀ ਦੀ ਜਿਹੜੀ ਆ ਮੈਂ ਕਹਿੰਦਾ ਵੀ ਕਿਤੇ ਨਾ ਕਿਤੇ ਜਿੱਥੇ ਕਿਤੇ ਵੀ ਕਿਸੇ ਦੀ ਸੋਚ ਇਹ ਜੀ ਆ ਉਹ ਫਿਰ ਗੁਰੂਆਂ ਦਾ ਉਹ ਸ਼ਹੀਦਾਂ ਦਾ ਸਤਿਕਾਰ ਕਰਨ ਵਾਲੀ ਸੋਚ ਨਹੀਂ ਚਾਹੇ ਉਹ ਸੰਸਥਾ ਹੋਵੇ ਚਾਹੇ ਉਹ ਇਨਸਾਨ ਹੋਵੇ ਦੀਵਾਨ ਟੋਡਰਮਲ ਦੀ ਦਾ ਸਤਿਕਾਰ ਤੁਸੀਂ ਇਹ ਦੇਖੋ ਉਹਦਾ ਬੜਾ ਵੱਡਾ ਇਤਿਹਾਸ ਹੈ ਗੁਰੂ ਸਾਹਿਬ ਦਾ ਪਹਿਲੇ ਜਨਮ ਦਾ ਮਲਾਪ ਕਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਤੇ ਦਿੱਤੋਂ ਸੇਵਾ ਲਵਾਂਗੇ ਇਸ ਤਰ੍ਹਾਂ ਦਾ ਜੋ ਉਹ ਆਉਂਦਾ ਤੇ ਕਿਸ ਤਰ੍ਹਾਂ ਸੇਵਾ ਲਈ ਹੈ ਗੁਰੂਆਂ ਨੇ ਕਿਸ ਤਰ੍ਹਾਂ ਉਹਨਾਂ ਨੇ ਉਹ ਉਹ ਦੇਣ ਦਿੱਤੀ ਹੈ ਕਿਸ ਤਰ੍ਹਾਂ ਪਰਿਵਾਰ ਨੇ ਤੁਸੀਂ ਇਹ ਸਾਰੇ ਨੇ ਯਾਰ ਅਸੀਂ ਸਾਰਾ ਕੁਝ ਹੀ ਭੁੱਲ ਗਏ ਅਸੀਂ ਕਿਉਂ ਇਸ ਪਾਸੇ ਨੂੰ ਤੁਰੇ ਜਾ ਰਹੇ ਹਾਂ ਅੱਜ ਸਾਨੂੰ ਸਾਡੇ ਗੁਰੂਆਂ ਨੇ ਇੱਕ ਰਸਤਾ ਦਿਖਾਇਆ ਅਸ ਅਗਰ ਅਸੀਂ ਉਸ ਰਸਤੇ ਤੇ ਚੱਲਾਂਗੇ ਤਾਂ ਵੀ ਅਸੀਂ ਗੁਰੂਆਂ ਦੇ ਆਸ਼ੇ ਮੁਤਾਬਕ ਜ਼ਿੰਦਗੀ ਬਤੀਤ ਕਰ ਰਹੇ ਹੋਵਾਂਗੇ ਜੇ ਅਸੀਂ ਆਪਣੇ ਆਪਣੇ ਰਸਤੇ ਬਣਾ ਲਏ ਤੇ ਫਿਰ ਗੁਰੂਆਂ ਦੇ ਅਸ਼ੀਰਵਾਦ ਇਹ ਵੀਡੀਓ ਦੇਖ ਕੇ ਇੱਕ ਸਿੱਖ ਜਿਹੜਾ ਭੜਕਦਾ ਹੈ ਵੀ ਤੁਸੀਂ ਫੋਟੋਆਂ ਕਰਾਈਆਂ ਨੇ ਉਹ ਟੁੱਟੇ ਹੋਏ ਜਿਹੜੀਆਂ ਇਮਾਰਤ ਦੇ ਨਾਲੋਂ ਟੁੱਟੀ ਹੋਈ ਆਪਾਂ ਕਹਿ ਸਕਦੇ ਹਾਂ ਤੇ ਕੀ ਉਹ ਉਹ ਕਮੀ ਕਿੱਥੇ ਤੁਹਾਨੂੰ ਲੱਗਦੀ ਆ ਵੀ ਮੈਂ ਸਮਝਦਾ ਮੈਂ ਤਾਂ ਇੱਕ ਦਿਨ ਵੱਲ ਕੇ ਮੈਨੂੰ ਇੱਕ ਸਰਕਾਰ ਦਾ ਨੁਮਾਇੰਦਾ ਵੀ ਮਿਲਿਆ ਸਾਡਾ ਦੋਸਤ ਹੈ ਜੀ ਮੈਂ ਉਹਨੂੰ ਕਿਹਾ ਵੀ ਮੁੱਖ ਮੰਤਰੀ ਭਗਵੰਤ ਮਾਨ ਬੜੇ ਇਤਿਹਾਸ ਨੂੰ ਪਿਆਰ ਕਰਨ ਵਾਲੇ ਨੇ ਜੀ ਘੱਟੋ ਘੱਟ 5 ਕਰੋੜ ਰੁਪਏ ਨਾਲ ਦੀਵਾਨ ਟੋਡਰ ਮਲ ਦੀ ਹਵੇਲੀ ਜਿਹਨੂੰ ਸ਼ੀਸ਼ੇ ਚ ਜੜਾਇਆ ਜਾਵੇ ਜੋ ਉਮਾਰਤ ਬਚੀਏ ਟਾਇਆ ਨਾ ਜਾਵੇ ਜੀ ਉਹਨੂੰ ਸ਼ੀਸ਼ੇ ਚ ਜੜਾਇਆ ਜਾਵੇ ਉੱਥੇ ਇਤਿਹਾਸ ਲਿਖਿਆ ਜਾਵੇ ਉੱਥੇ ਬਕਾਇਦਾ ਉਹਨਾਂ ਦੀ ਟੁਕਵੀਂ ਯਾਦ ਕਰ ਕਿਉਂਕਿ ਮੈਂ ਕੋਈ ਆਪਣੇ ਵੱਲੋਂ ਨਹੀਂ ਕੁਝ ਹੋਰ ਕਹਿਣਾ ਚਾਹੁੰਦਾ ਉੱਥੇ ਟੁਕਵੀਂ ਯਾਦ ਕਰ ਕਿਵੇਂ ਬਣਦੀਆਂ ਕਿਵੇਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸਣਾ ਕਿ ਉਥੇ ਰਹਿਣ ਦਾ ਵੀ ਪ੍ਰਬੰਧ ਹੋਵੇ ਉਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ ਉਥੇ ਜਿਸ ਤਰ੍ਹਾਂ ਵੀ ਠੀਕ ਸਮਝਣ ਸਰਕਾਰਾਂ ਸ਼੍ਰੋਮਣੀ ਕੁਰਦਵਾਰਾ ਪ੍ਰਬੰਧਕ ਕਮੇਟੀ ਦਾ ਮੈਂ ਸਮਝਦਾ ਇਹਦੇ ਵਿੱਚ ਰੋਲ ਬੜਾ ਗੈਰ ਜ਼ਿੰਮੇਵਾਰਾ ਨਾ ਰੋਲ ਹੈ ਤੇ ਇਹ ਕਿੰਨੇ ਸਾਲ ਹੋ ਗਏ ਦੇਖਦੇ ਇਹਨੂੰ ਅਸੀਂ ਕਟੋਕੜ ਪੰਜ ਸੱਤ ਵਾਰ ਮੈਂ ਜਾਇਆ ਉਥੇ ਅਸੀਂ ਚਲੋ ਸਾਡੇ ਬੋਲਣ ਦਾ ਕੋਈ ਫਰਕ ਨਹੀਂ ਕਈ ਵਾਰ ਸ਼੍ਰੋਮਣੀ ਕਮੇਟੀ ਕਹਿੰਦੀ ਆ ਵੀ ਬਜਟ ਜਿਹੜਾ ਵਾ ਬਹੁਤ ਬਾਹਰ ਨਿਕਲ ਜਾਂਦਾ ਬਜਟ ਬਜਟ ਆ ਕੇ ਦੀਵਾਨ ਟੋਲਟਰ ਮਾਲ ਤੇ ਖੜ ਜਵੇ ਤਾਂ ਫਿਰ ਇਦੋਂ ਦੁੱਖ ਦੀ ਗੱਲ ਕੋਈ ਨਹੀਂ ਹੋ ਸਕਦੀ ਇਦੂ ਮਾੜੀ ਗੱਲ ਕੋਈ ਨਹੀਂ ਹੋ ਸਕਦੀ। ਦੀਵਾਨ ਟੋਡਰਮਲ ਦੀ ਬਿਲਡਿੰਗ ਨੂੰ ਸਾਂਭਣ ਲਈ ਸਾਡੇ ਕੋਲੇ ਬਜਟ ਨਾ ਹੋਵੇ ਤਾਂ ਫਿਰ ਇਦੂ ਮਾੜੀ ਗੱਲ ਕੀ ਹੋ ਸਕਦੀ ਹੈ। ਪਰ ਮੈਂ ਸਮਝਦਾ ਜੇ ਇਹ ਭੱਜ ਗਏ ਤਾਂ ਪੰਜਾਬ ਸਰਕਾਰ ਕਰੇ, ਪੰਜਾਬ ਸਰਕਾਰ ਸੈਂਟਰ ਸਰਵਰਨਮੈਂਟ ਕਰੇ, ਸਮਾਜ ਸੇਵੀ ਸੰਸਥਾਵਾਂ ਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਕੁਝ ਨਾ ਤਾਂ ਕਰਨਾ ਪਾਏਗਾ। ਇਹ ਬੋਲ ਦੇ ਕੇ ਕੋਈ ਆਪਾਂ ਤਾਂ ਵੀ ਕਹਿ ਸਕਦਾ। ਮੈਂ ਤਾਂ ਮੈਂ ਅੱਜ ਵੀ ਕਹਿਣਾ। ਜੀ। ਮੈਂ ਗੱਲ 'ਚ ਪੱਲੂ ਪਾ ਕੇ ਮੈਂ ਜਾਊਂਗਾ ਸਮਾਜ ਦੇ ਅੰਦਰ ਸ਼੍ਰੋਮਣੀ ਕਮੇਟੀ ਕਹੇ ਕਿ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਉਹਦੀ ਸੇਵਾ ਸੰਭਾਲੇ 25 ਸਾਲ ਦੇ ਸੇਵਾ ਵੀ ਕਰਾਂਗੇ ਉਹਨੂੰ ਵਧੀਆ ਬਣਾਵਾਂਗੇ ਉਦੋਂ ਬਾਅਦ ਫੇਰ ਉਹਨਾਂ ਨੂੰ ਸਪਾਣ ਦਾਂਗੇ ਜੀ ਉਹਨੂੰ ਫੇਰ ਵੀ ਸਪਾਣ ਦਾਂਗੇ ਅਸੀਂ ਨਹੀਂ ਰੱਖਣਾ ਮੈਨੂੰ ਸੇਵਾ ਦੀ ਡਿਊਟੀ ਦੇ ਦੇਣ ਮੈਂ ਸੇਵਾ ਕਰਕੇ ਉਹਨੂੰ ਸ਼ੀਸ਼ੇ ਜੜਾਊਂਗਾ ਮੈਨੂੰ ਇੰਨਾ ਆਪਣੇ ਗੁਰੂ ਤੇ ਵਿਸ਼ਵਾਸ ਹੈ ਕਿ ਅਸੀਂ ਉਸ ਨੂੰ ਸਿਰੇ ਲਾਵਾਂਗੇ ਇਹ ਜੋ ਪ੍ਰਾਰਥਨ ਸਮੇਂ ਤੋਂ ਚੱਲਿਆ ਆ ਰਿਹਾ ਹੈ ਉਹਨਾਂ ਨੂੰ ਸਾਹਮਣਾ ਅਤੇ ਸੱਚੇ ਦਿਲੋਂ ਉਹ ਉਸ ਉਹਨਾਂ ਦਾ ਅਹਿਸਾਸ ਕਰਨਾ ਉਹ ਦੁੱਖ ਦਾ ਉਹ ਸਮੇਂ ਦਾ ਉਹ 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 ਸ਼ਹਾਦਤਾਂ ਦਾ ਤੇ ਕਿ ਸਾਡੇ ਲਈ ਸਾਨੂੰ ਜਿਉਂਦੇ ਰਹਿਣ ਲਈ ਕਿ ਅਸੀਂ ਵਧੀਆ ਜੀਵਨ ਬਤੀਤ ਕਰੀਏ ਉਹ ਸ਼ਹਾਦਤਾਂ ਦੇ ਕੇ 3 ਸਤੰਬਰ 1708 ਨੂੰ ਗੋਦਾਵਰੀ ਨਦੀ ਦੇ ਕੰਢੇ ਹਯੂਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਮ ਮਲਾਪ ਹੁੰਦਾ ਹੈ ਜੀ ਉਹ ਉਹਨਾਂ ਨੂੰ ਪੰਜ ਤੀਰ ਦਿੰਦੇ ਨੇ ਨਗਾਰਾ ਦਿੰਦੇ ਨੇ ਨਿਸ਼ਾਨ ਸਾਹਿਬ ਦਿੰਦੇ ਨੇ 20 ਸਿੰਘ ਸਾਥੀ ਦਿੰਦੇ ਨੇ ਤੇ ਉਹਨੂੰ ਪੰਜਾਬ ਵੱਲ ਤੋਰਦੇ ਨੇ ਕਿ ਉੱਥੇ ਉਹ ਉਹਨਾਂ ਨੇ ਕਿ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਜ਼ੁਲਮ ਹੋ ਰਿਹਾ ਉਹ ਜ਼ੁਲਮ ਦੇ ਨਾਲ ਟੱਕਰ ਲੈਣ ਦੇ ਲਈ ਬਾਬਾ ਬੰਦਾ ਬਹਾਦਰ 3 ਸਤੰਬਰ 1768 ਨੂੰ ਚੱਲਦੇ ਨੇ 12 ਮਈ 1710 ਨੂੰ ਚੱਪੜਚੜੀ ਦੇ ਮੈਦਾਨ ਦੇ ਅੰਦਰ ਜਿੱਤ ਪ੍ਰਾਪਤ ਕਰਦੇ ਨੇ 14 ਮਈ 1710 ਨੂੰ ਫਤਿਹ ਦਾ ਝੰਡਾ ਸਰਹੰਦ ਤੇ ਲਹਿਰਾਉਂਦੇ ਨੇ ਜੀ 700 ਸਾਲਾਂ ਦੇ ਮੁਗਲ ਸਾਮਰਾਜ ਦਾ ਖਾਤਮਾ ਕਰਨ ਵਾਲਾ ਉਹ ਮਹਾਨ ਯੋਧਾ ਜਰਨੈਲ ਬਾਬਾ ਬੰਦਾ ਬਹਾਦਰ ਜਿਸ ਨੇ ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕੀਤੀ ਜਿਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਮ ਤੇ ਸਿੱਕਾ ਅਤੇ ਮੋਹਰ ਜਾਰੀ ਕੀਤੀ ਜਿਸ ਤੇ ਉਕਰਿਆ ਸੀ ਦੇਗ ਤੇਗ ਫਤਿਹ ਨਸਰਤ ਬੇਤਰੰਗ ਜ਼ਾਫਰ ਤਾਜ਼ਨਾਨਕ ਗੁਰੂ ਗੋਬਿੰਦ ਸਿੰਘ ਜੀ ਅਸੀਂ ਤਾਂ ਉਹਨਾਂ ਯੋਧਿਆਂ ਨੂੰ ਭਲਾਤਾ ਕਿ ਅੱਜ ਪਹਿਲੇ ਸਿੱਖ ਲੋਕ ਰਾਜ ਦੇ ਸੰਸਥਾਪਕ ਨੂੰ ਭੁੱਲ ਗਏ ਜਿਹਨੇ ਅੱਜ ਦੇ ਕਿਸਾਨਾਂ ਨੂੰ ਮੁਜਾਰਿਆਂ ਤੋਂ ਜ਼ਮੀਨਾਂ ਦੇ ਮਾਲਕ ਬਣਾਇਆ ਜਿਹੜੇ ਅੱਜ ਕਿਸਾਨ ਨੇ ਇਹ ਮੁਜਾਰੇ ਸੀ ਕਿ ਲੈਂਡ ਟੂ ਟੇਲਰ ਹਲਵਾਹਕ ਹੀ ਜ਼ਮੀਨ ਦਾ ਮਾਲਕ ਹੋਵੇ ਇਹ ਬਾਬਾ ਬੰਦਾ ਸਿੰਘ ਬਹਾਦਰ ਦੀ ਦੇਣ ਹੈ ਉਸ ਯੋਧੇ ਜਰਨੈਲ ਦੀ ਦੇਣ ਹੈ ਉਹ ਜਿਹਦਾ 4 ਸਾਲ ਦਾ ਸੁਪੁੱਤਰ 9 ਜੂਨ 1716 ਨੂੰ ਸ਼ਹਾਦਤ ਹੁੰਦੀ ਹੈ ਬਾਬਾ ਬੰਦਾ ਬਹਾਦਰ ਦੀ ਦਿੱਲੀ ਮਹਿਰੋਲੀ ਵਿਖੇ 4 ਸਾਲਾ ਸੁਪੁੱਤਰ ਅਜੇ ਸਿੰਘ ਉਹਦਾ ਕਲੇਜਾ ਕੱਢ ਕੇ ਉਹਨਾਂ ਦੇ ਮੂੰਹ ਵਿੱਚ ਤੁੰਗਿਆ ਗਿਆ ਅਜੀਤ ਸਿੰਘ ਜੀ ਦੀ ਉਮਰ 4 ਸਾਲ ਯਾਰ ਇਹ ਸ਼ਹਾਦਤਾਂ ਨੂੰ ਭਲਾ ਦਾਂਗੇ ਅੱਜ ਮੈਂ ਕੱਲ ਖਬਰ ਪੜੀ ਕੋ ਟੁੱਡੀ ਲੜੀ ਜੁੜ ਗਈ ਕੱਲ ਖਬਰ ਪੜੀ ਕਿ ਹਰਿਆਣਾ ਦੇ ਮੁੱਖ ਮੰਤਰੀ ਮਿਸਟਰ ਖੱਟੜ ਨੇ 9 ਜੂਨ ਦਾ ਦਿਹਾੜਾ ਹਰਿਆਣਾ ਸਰਕਾਰ ਵੱਲੋਂ ਸਰਕਾਰੀ ਤੌਰ ਤੇ ਮਨਾਉਣ ਦਾ ਐਲਾਨ ਕੀਤਾ ਹਮ ਹੋਰ ਵੀ ਕੁਝ ਦਿਹਾੜੇ ਕਿਤੇ ਨੇ ਜਿੱਥੇ ਨਾਲ ਬਾਬਾ ਬੰਦਾ বাহাদুর ਜੀ ਦਾ ਜਿਹੜਾ ਸ਼ਹੀਦੀ ਦਿਹਾੜਾ ਉਹ 9 ਜੂਨ ਨੂੰ ਮਨਾਉਣ ਦਾ ਐਲਾਨ ਕੀਤਾ ਅਸੀਂ ਸਵਾਗਤ ਕਰਦੇ ਹਾਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਉਹਨਾਂ ਦੀ ਸੋਚ ਨੂੰ ਸਲੂਟ ਕਰਦੇ ਤੇ ਮੈਂ ਇਹ ਵੀ ਬੇਨਤੀ ਕਰਦਾ ਕਿ ਪੰਜਾਬ ਸਰਕਾਰ ਭਗਵੰਤ ਮਾਨ ਜੀ ਦੀ ਸਰਕਾਰ ਜਿਹੜੇ ਕਿ ਬੜਾ ਇਤਿਹਾਸ ਨੂੰ ਪਿਆਰ ਕਰਨ ਵਾਲੇ ਨੇ ਜੀ ਤੇ ਅੱਜ ਮੈਂ ਸਭ ਦਾ ਕਿ ਭਗਵੰਤ ਮਾਨ ਜੀ ਤੱਕ ਅਗਰੇ ਮੇਰੀ ਆਵਾਜ਼ ਜਾਂਦੀ ਹੈ ਤਾਂ ਉਹਨਾਂ ਨੂੰ ਵੀ ਘਟੋ ਘਟ 9 ਜੂਨ ਦਾ 9 ਜੂਨ 1716 ਦਿੱਲੀ ਮਹਿਰੋਲੀ ਵਿਖੇ ਕুতਬਨਾਰ ਦੇ ਕੋਲ ਉੱਥੇ ਤਰਪੋਲੀਆ ਗਰਾਉਂਡ 'ਚ ਜੋ 740 ਸਿੰਘਾਂ ਸਮੇਤ ਸ਼ਹਾਦਤ ਹੋਈ ਹੈ। ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਕਿਸ ਤਰ੍ਹਾਂ massac ਜਮੂਰਾ ਨਾਲ ਨੋਚਿਆ ਗਿਆ। ਇੱਕ ਇੱਕ ਕਰਕੇ ਅੱਖਾਂ ਕੱਢੀਆਂ ਗਈਆਂ। 4 ਸਾਲਾਂ ਦੇ ਸੁਪੁੱਤਰ ਅਜੀਤ ਸਿੰਘ ਦਾ ਕਲੇਜਾ ਕੱਢ ਕੇ ਮੂੰਹ ਚੁੰਨਿਆ ਗਿਆ। ਉਹ ਇਤਿਹਾਸਿਕ ਦਿਹਾੜਾ 9 ਜੂਨ ਦਾ ਮਨਾਉਣ ਦੇ ਲਈ ਪੰਜਾਬ ਸਰਕਾਰ ਵੀ ਐਲਾਨ ਕਰੇ ਅਤੇ ਚਪੜਚੀ ਦੀ ਦੇ ਇਤਿਹਾਸਿਕ ਮੈਦਾਨ ਨੂੰ ਮੈਂ ਸਮਝਦਾ ਉਹਨੂੰ ਜਿੰਨਾ ਵੀ ਅਸੀਂ ਦੁਨੀਆ ਦੇ ਨਕਸ਼ੇ ਤੇ ਲੈ ਕੇ ਆਈਏ ਅਸੀਂ ਦਸੀਏ ਅਸੀਂ ਉਸ ਕੁਰਬਾਨੀ ਨੂੰ ਦੁਨੀਆ ਚ ਲੈ ਕੇ ਜਾਈਏ ਵੀ ਜ਼ਿੰਮੇਵਾਰ ਸੰਸਥਾਵਾਂ ਜੀ ਸਰਕਾਰਾਂ ਸ਼ਰੂਮੜੀ ਕਮੇਟੀ ਅਸੀਂ ਕੋਈ ਤਾਂ ਬੰਦਾ ਫਰਜ਼ ਲਈ ਉੱਠੇ ਅਤੇ ਉਹਨੂੰ ਸੰਭਾਲਣ ਲਈ ਅਹਿਮ ਰੋਲ ਅਦਾ ਕਰੇ ਅੱਗੇ ਹੋ ਕੇ ਰੋਲ ਅਦਾ ਕਰੇ ਜੀ ਤੇ ਦੋਸਤੋ 2023 ਬੀ ਚੁੱਕਿਆ ਸਭਾ ਦੇ ਦਿਨ ਨਿਕਲ ਗਏ ਬੜੇ ਭਾਵੁਕ ਦਿਨ ਸੀਗੇ ਤੇ ਸੰਗਤਾਂ ਅੱਜ ਵੀ ਮੁੜ ਰਹੀਆਂ ਨੇ ਵਾਪਸ ਟਰਾਲੀਆਂ ਲੈ ਕੇ ਅਸੀਂ ਰਾਸਤੇ ਦੇ ਵਿੱਚ ਆਉਂਦੀਆਂ ਟਰਾਲੀਆਂ ਦੇਖਿਆ ਤੇ ਆਉਂਦੇ ਸਾਲ ਪ੍ਰਣ ਕਰੀਏ 2024 ਦੇ ਵਿੱਚ ਜਿਹੜੀਆਂ ਗੱਲਾਂ ਅੱਜ ਅਸੀਂ ਕੀਤੀਆਂ ਨੇ ਉਹ ਦੁਹਰਾਉਣੀਆਂ ਨਾ ਪੈਣ ਤੇ ਸੰਗਤ ਜੀ ਉਹਦਾ ਵੱਧ ਚੜ ਕੇ ਡਟ ਕੇ ਤੇ ਕਿਵੇਂ ਨਾ ਕਿਵੇਂ ਜਿਹੜਾ ਇਤਿਹਾਸ ਨੂੰ ਸਾਂਭੀਏ ਇਤਿਹਾਸ ਸਾਂਭਣਾ ਬਹੁਤ ਜ਼ਰੂਰੀ ਹੈ ਇਤਿਹਾਸ ਨਾਲ ਜੁੜੀਏ ਇਹਨੇ ਨਾਲ ਮੈਂ ਮਨਜੋਤ ਮਾਜਰਾ ਵਿਦਾ ਲੈਣਾ ਯਾਰਾ ਬੋ ਟੀਵੀ ਦੇ ਉੱਤੇ ਮੇਰੇ ਨਾਲ ਮੇਰਾ ਸਾਥੀ ਸਹੇਗੀ ਅੰਛੂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ